भगवंत सिंह मान रोड शो कर रहे हैं साढ़े इस वक्त टांडा तो विधायक साहब मौजूद ने राजा जी, राजा जी की लग रहा है इस बार जलंधर के लोग किस मूड में ने? तुसी मेरे नालों ज्यादा जानते हो मूड से है लोग भगवंत मान नूं वफ़ता देंगे उहदे कम्मां नूं वोट पाउणगे क्योंकि एक पासे 75 साल की है एक पासे एक साल तो एक महीने की राजनीति आ लोगों ने आपे नाप तोल कर लेना उन्हों देखते हुए वोट देंगे भगवंत मान जी। कंपीटीशन कितने ना मानते हो? किसी ना भी नहीं कंपीटीशन कितने ना होना तुम कि गल करते जी 75 साल लुटिया पंजाब नूं उन्हां दी गल कर रहे ना तुसी साडा कंपीटीशन किसी ना नहीं साडा कंपीटीशन कम्मां दा कम्मां नूं सिर ते वोट ला कांग्रेस करी साडी पुरानी सीट है कहिंदा साडा कब्जा रहा हमेशा इत्थे कब्जा बीजेपी दा किन्ना चिर कब्जा सी दिल्ली ते कांग्रेस दा किन्ना चिर कब्जा सी स्कूटर ते बैठ के जान जोगे करते ही ठीक है इस करके लोग सब जानते आ समझते आ दुआबे दे लोग सियाणे आ ਉਹ ਸੋਚ ਸਮਝ ਕੇ ਵੋਟ ਕਰਨਗੇ ਘਬਰਾਓ ਨਾ ਸੀਟ ਜਿੱਤ ਕੇ ਮਾਨ ਸਾਹਿਬ ਦੀ ਝੋਲੀ ਪਾਵਾਂਗੇ ਤਕੜੇ। ਸੁਸ਼ੀਲ ਕੁਮਾਰ ਰਿੰਕੂ ਜੀ ਨੂੰ ਕਿਵੇਂ ਵੇਖਦੇ ਹੋ ਉਹਨਾਂ ਦੀ ਵਿਅਕਤੀਗਤ ਤੌਰ ਤੇ ਗੱਲਬਾਤ ਕੀਤੀ ਜਾਵੇ ਆਮ ਲੋਕਾਂ ਵਿੱਚ ਕੀ ਗੱਲ ਆ ਉਹਨਾਂ ਦੀ? ਇਹ ਰਿੰਕੂ ਵਧੀਆ ਇਨਸਾਨ ਆ ਜੰਗ ਆ ਕੰਮ ਕਰਨ ਵਾਲਾ ਐਨਰਜੀ ਆ ਵਧੀਆ ਇਨਸਾਨ ਆ ਲੋਕ ਲਾਈਕ ਕਰਦੇ ਆ ਉਹਨੂੰ। ਵਿਰੋਧੀਆਂ ਨੂੰ ਕੋਈ ਜਵਾਬ ਦੇਵੋਗੇ? ਵਿਰੋਧ ਕਿਹੜੇ ਵਿਰੋਧੀਆਂ ਦੀ ਗੱਲ ਕਰਦੇ ਆ ਤੁਸੀਂ ਵਿਰੋਧੀ ਬਣਾ ਦਿੰਦੇ ਹੋ ਵਿਰੋਧੀ ਕਰਦੇ ਆ ਵਿਰੋਧੀ ਵਿਰੋਧੀ ਕੋਈ ਨਹੀਂ ਗਾ ਪੰਜਾਬ 'ਚ ਲੋਕਾਂ ਨੇ ਇੱਕ ਤਰਫੀ ਕਰਤਾ ਫੈਸਲਾ ਔਰ ਗਾਂ ਵੀ ਇੱਦਾਂ ਹੀ ਕਰਨਗੇ। ਅੱਜ ਦਾ ਰੋਡ ਸ਼ੋ ਕੀ ਸਾਬਿਤ ਕਰੇਗਾ ਇਹ ਤੁਸੀਂ ਦੱਸੋ ਸ਼ਾਮ ਨੂੰ ਮੈਂ ਤੁਹਾਨੂੰ ਪੁੱਛੂੰਗਾ ਤੇ ਕੀ ਤੁਸੀਂ ਆਈਡੀਆ ਲਾਇਆ ਮੀਡੀਆ ਨੇ ਠੀਕ ਹੈ ਨਾ ਤੁਸੀਂ ਵੀ ਨਵਜ ਵੇਖਦੇ ਹੋ ਲੋਕਾਂ ਦੀ ਨਵਜ ਕੀ ਕਹਿੰਦੇ ਲੋਕਾਂ ਦੀ ਕੀ ਲੱਗਦਾ ਰੋਡ ਸ਼ੋ ਤੋਂ ਬਾਅਦ ਕੀ ਫਰਕ ਪੈਣ ਵਾਲਾ? ਦੇਖੋ ਜੇ ਏਡੀ ਦੂਰੋਂ ਲੋਕ ਚਾਹ ਕੇ ਭਗਵੰਤ ਮਾਨ ਜੀ ਦੇ ਭਾਸ਼ਣ ਨੂੰ ਸੁਣਨ ਆ ਰਹੇ ਆ ਇਹਦਾ ਮਤਲਬ ਕੁਛ ਨਾ ਕੁਛ ਤਾਂ ਗੱਲ ਹੈ ਨਾ ਕੋਈ ਨਾ ਕੋਈ ਤਾਂ ਕਾਰਨ ਹੈ ਨਾ ਜਿਹੜਾ ਭਗਵੰਤ ਮਾਨ ਜੀ ਨੂੰ ਸੁਣਨ ਲਈ ਆ ਰਿਹਾ। ਦੇਖੋ ਕਾਫਲਿਆਂ ਦੇ ਕਾਫਲੇ ਆ ਰਹੇ ਤੁਸੀਂ ਦੇਖੋ ਕੈਮਰਾ। ਜਲੰਧਰ ਵਾਸੀਆਂ ਨੂੰ ਕੁਝ ਕਹਿਣਾ ਚਾਹੋਗੇ? ਜਲੰਧਰ ਵਾਸੀਆਂ ਨੂੰ ਤਾਂ ਮੈਂ ਇਹੀ ਬੇਨਤੀ ਕਰੂੰਗਾ ਭਰਾਵੋ ਪਾਰਟੀ ਭਗਵੰਤ ਮਾਨ ਦੀ ਸੋਚ ਆਮ ਲੋਕਾਂ ਦੀ ਸੋਚ ਆ ਉਹ ਆਮ ਲੋਕ ਦੀ ਨਬਜ ਨੂੰ ਪਛਾਣ ਕੇ ਫੈਸਲੇ ਕਰ ਰਹੇ ਆ ਔਰ ਆਉਣ ਵਾਲਾ ਸਮਾਂ ਭਗਵੰਤ ਮਾਨ ਦਾ ਹੀ ਹੈ ਤਾਂ ਉਹਦਾ ਹੀ ਰਹੇਗਾ। ਬਿਲਕੁਲ ਇਹ ਸਾਡੇ ਨਾਲ ਰਾਜਾ ਜੀ ਮੌਜੂਦ ਸੀਗੇ ਜਿਨ੍ਹਾਂ ਨੇ ਕਿ ਸਿੱਧ ਤੌਰ 'ਤੇ ਕਿਹਾ ਕਿ ਜਿਹੜਾ ਲੋਕ ਨੇ ਇਸ ਵਕਤ ਮੂਡ ਵਿੱਚ ਨੇ ਅਤੇ ਇਹ ਸੀਟ ਜਿਹੜੀ ਹੈਗੀ ਹੈ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਜਾਏਗੀ। ਕਿਤੇ ਲੋਕਾਂ ਨੇ ਕਿਹਾ ਕਿ ਕੰਪੀਟੀਸ਼ਨ ਵਿੱਚ ਕੋਈ ਵੀ ਨਹੀਂ ਹੈ। ਫਿਲਹਾਲ ਵੇਖਦੇ ਹਾਂ ਕਿ ਅੱਜ ਦੇ ਰੋਡ ਸ਼ੋਅ ਤੋਂ ਬਾਅਦ ਹਾਲਾਤ ਕਿੱਦਾਂ ਦੇ ਬਦਲਦੇ ਨੇ ਲੋਕ ਕੀ ਕੁਝ ਪਸੰਦ ਕਰਦੇ ਨੇ। ਜਲੰਧਰ ਤੋਂ ਕੈਮਰਾ ਪਰਸਨ ਰਾਜੇਸ਼ ਬਾਗੜ ਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ।